ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਦੇ ਨਾਲ ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ, ਪੰਜਾਬ ਅਤੇ ਜੀ ਹੈ ਮੇਰਾ ਪਾਕਿਸਤਾਨ, ਸ਼ਬਰੀ ਸਿੰਘ, ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੀ ਹੈਰੀਟੇਜ ਆਫ ਪਾਕਿਸਤਾਨ। ਇਹ ਜਿਹੜਾ ਬੁਰਜ ਤੁਹਾਨੂੰ ਨਜ਼ਰ ਆ ਰਿਹਾ, ਔਰ ਥੱਲੇ ਜਿਹੜਾ ਚੈਂਬਰ ਨਜ਼ਰ ਆ ਰਿਹਾ, ਇਹ ਮਹਾਰਾਜਾ ਰਣਜੀਤ ਸਿੰਘ ਦਾ ਕੋਰਟ ਹੈ। ਠੀਕ ਹੈ ਜੀ, ਉੱਤੇ ਇਹ ਜਿਹੜਾ ਨਜ਼ਰ ਆ ਰਿਹਾ, ਇਹ ਬੁਰਜ ਲਾਹੌਰ ਹੈ। ਸਭ ਤੋਂ ਉੱਚਾ ਬੁਰਜ ਜਿਹੜਾ ਸ਼ੀਸ਼ ਮਹਿਲ ਦੇ ਉੱਤੇ ਜਿਹੜਾ, ਇਹ ਦੋ ਬੁਰਜ ਸਨ, ਲੈਫਟ ਔਰ ਰਾਈਟ ਦੇ ਉੱਤੇ ਇੱਕ ਬੁਰਜ ਗਿਰ ਗਿਆ ਔਰ ਇੱਕ ਬੁਰਜ ਬਾਕੀ ਰਹਿ ਗਿਆ। ਲਾਹੌਰ ਦਾ ਸਭ ਤੋਂ ਉੱਚਾ ਬੁਰਜ, ਜਿਹਨੂੰ ਕਿ ਬੁਰਜ ਆਫ ਲਾਹੌਰ ਕਿਹਾ ਜਾਂਦਾ ਹੈ, ਉਹ ਹੈ। ਠੀਕ ਹੈ ਜੀ, ਮੈਂ ਦਿਖਾ ਰਿਹਾ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ। ਇਹ ਕੋਰਟ ਜਿਹੜੀ ਹੈ, ਵੈਸੇ ਤਾਂ ਇਸ ਦੀ ਬੈਕ ਸਾਈਡ 'ਤੇ ਅਗਰ ਦੇਖਿਆ ਜਾਏ ਤਾਂ ਸ਼ਾਹੀ ਹਮਾਮ ਸੀ, ਸ਼ਹਿਜ਼ਾਦੀਆਂ ਨਹਾਉਂਦੀਆਂ ਸਨ, ਅਰਕ ਦਾ ਗੁਲਾਬ ਦੇ ਅਰਕ ਦੇ ਨਾਲ ਗੁਸਲ ਲੈਂਦੀਆਂ ਸਨ। ਇਸ ਦੇ ਪਿੱਛੇ ਬੈਕ ਸਾਈਡ ਦੇ ਉੱਤੇ ਉਹ ਜਗ੍ਹਾ ਮੌਜੂਦ ਹੈ, ਬਲਕਿ ਸਾਈਡ 'ਤੇ ਹੈ ਥੋੜ੍ਹੀ ਜਿਹੀ। ਇਹ ਤੁਸੀਂ ਚਿਮਨੀਸ ਦੇਖੋ, ਇਹ ਆਰਚਿਸ ਦੇਖੋ, ਜਰਾ ਕਿੰਨਾ ਖੂਬਸੂਰਤ ਕੰਮ ਹੋਇਆ ਹੋਇਆ ਇਹਨਾਂ ਦੇ ਉੱਤੇ। ਅੱਛਾ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਹਾਰਾਜਾ ਨੇ ਬਾਕਾਇਦਾ ਜਿਹੜਾ ਹੈ ਉਹ ਕਿਸੇ ਦਾ ਅਸਥਾਨ ਨਹੀਂ ਚੁਣਿਆ ਔਰ ਕਿਸੇ ਦੀ ਜਗ੍ਹਾ ਨੂੰ ਪ੍ਰੈਫਰੈਂਸ ਨਹੀਂ ਦਿੱਤੀ, ਬਲਕਿ ਆਪਣਾ ਕੋਰਟ ਲੈਦਾ ਬਣਵਾਇਆ। ਇਹ ਕੋਰਟ ਜਦੋਂ ਅਕਬਰ ਨੇ ਇਹ ਕਿਲ੍ਹਾ ਬਣਵਾਇਆ ਤਾਂ ਉਸ ਵੇਲੇ ਨਹੀਂ ਸੀ, ਨਾ ਸ਼ਾਹਜਹਾਂ ਦੇ ਦੌਰ ਦੇ ਵਿੱਚ ਸੀ, ਨਾ ਹੀ ਜਹਾਂਗੀਰ ਦੇ ਦੌਰ ਦੇ ਵਿੱਚ ਸੀ। ਇਹ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਕੋਰਟ ਬਣਾਇਆ। ਇੱਥੇ ਜਿੰਨੀ ਵੀ ਆਰਮੀ ਸੀ ਉਹ ਸੈਲਰੀ ਵਾਸਤੇ ਆਉਂਦੀ ਸੀ ਔਰ ਇੱਥੇ ਮਹਾਰਾਜਾ ਜਿਹੜਾ ਸੀ ਉਹ ਆਪਣਾ ਦੀਦਾਰ ਕਰਾਉਂਦਾ ਸੀ। ਇਹ ਉਹ ਜਗ੍ਹਾ ਔਰ ਇਹ ਬੁਰਜ ਜਿਹੜਾ, ਇਹ ਮਹਾਰਾਜਾ ਨੂੰ ਬਹੁਤ ਜ਼ਿਆਦਾ ਪਸੰਦ ਬੁਰਜ ਸੀ ਇਹ ਵਾਲਾ, ਐਸੇ ਲਈ ਇਹਦਾ ਨਾਮ ਬੁਰਜ ਆਫ ਲਾਹੌਰ ਰੱਖਿਆ ਗਿਆ, ਜਿਹੜਾ ਕਿ ਸਿੱਖ ਹੀਰਾ ਦੇ ਵਿੱਚ ਬਣਾਇਆ ਗਿਆ। ਉਸ ਤੋਂ ਪਹਿਲੇ ਇਹ ਬੁਰਜ ਇੱਥੇ ਮੌਜੂਦ ਨਹੀਂ ਸੀ। ਤੁਸੀਂ ਦੇਖੋ ਪਿਓਰਲੀ ਸਿੱਖ ਆਰਕੀਟੈਕਚਰ ਹੈ। ਇਹ ਜਿਹੜਾ ਉਹ ਮੈਂ ਤੁਹਾਨੂੰ ਦੱਸ ਰਿਹਾ ਸੀ ਸ਼ਾਹੀ ਹਮਾਮ ਸੀ, ਕਿਹਾ ਜਾਂਦਾ ਕਿ ਇੱਥੇ ਸ਼ਹਿਜ਼ਾਦੀਆਂ ਜਿਹੜੀਆਂ ਸੀ ਉਹ ਗੁਸਲ ਲੈਂਦੀਆਂ ਸਨ, ਸਟੀਮ ਲੈਂਦੀਆਂ ਸਨ ਔਰ ਵਾਲ ਡਰਾਈ ਕਰਦੀਆਂ ਸਨ। ਅੰਦਰ ਪੂਰਾ ਸਿਸਟਮ ਮੌਜੂਦ ਹੈ ਇਸ ਚੀਜ਼ ਦਾ। ਮੈਂ ਤੁਹਾਨੂੰ ਦਿਖਾ ਰਿਹਾ ਹਾਂ ਕੋਰਟ ਆਫ ਮਹਾਰਾਜਾ ਰਣਜੀਤ ਸਿੰਘ। ਇੱਥੇ ਲੋਕ ਆਪਣੀਆਂ ਸੈਲਰੀਆਂ ਲੈਣ ਲਈ ਆਉਂਦੇ ਸਨ ਔਰ ਮਹਾਰਾਜਾ ਇੱਥੇ ਉਹਨਾਂ ਨੂੰ ਮੁਲਾਕਾਤ ਕਰਦਾ ਸੀ ਆਪਣੀ ਆਰਮੀ ਨਾਲ, ਔਰ ਡਿਸਟ੍ਰੀਬਿਊਸ਼ਨ ਹੁੰਦੀ ਸੀ, ਤਨਖਾਹਾਂ ਦੀ ਉਜਰਤ ਦਿੱਤੀ ਜਾਂਦੀ ਸੀ, ਸੈਲਰੀਜ਼ ਦਿੱਤੀਆਂ ਜਾਂਦੀਆਂ ਸਨ। ਹੁਣ ਅੱਜ ਕੱਲ੍ਹ ਇਹਦਾ ਕੋਈ ਰਸਤਾ ਨਹੀਂ ਹੈ ਬੁਰਜ ਆਫ ਲਾਹੌਰ ਦਾ, ਪਹਿਲੇ ਬਾਕਾਇਦਾ ਸੀੜੀ ਸੀ ਇਹਦੇ ਉੱਤੇ ਜਾਣ ਵਾਸਤੇ ਸ਼ੀਸ਼ ਮਹਿਲ ਦੇ ਅੰਦਰੋਂ, ਲੇਕਿਨ ਜਿੱਥੋਂ ਮਹਾਰਾਜਾ ਰਣਜੀਤ ਸਿੰਘ ਦੀ ਫੇਵਰੇਟ ਪਲੇਸ ਸੀ, ਜਿੱਥੇ ਜਾ ਕੇ ਉਹ ਬੈਠਦਾ ਸੀ, ਉਹ ਸਲੋਪ ਹੈ, ਉੱਥੋਂ ਸ਼ੀਸ਼ ਮਹਿਲ ਹੈ ਔਰ ਸ਼ੀਸ਼ ਮਹਿਲ ਦੀ ਇੰਟਰੈਂਸ ਹੈ। ਸ਼ੀਸ਼ ਮਹਿਲ ਦੀ ਇੰਟਰੈਂਸ ਤੋਂ ਬਾਅਦ ਇੱਕ ਕਹਿਲਾ ਮਕਾਨ ਉੱਤੇ ਬਣਾਇਆ ਗਿਆ, ਇਹ ਵੀ ਸਿੱਖ ਪੀਰੀਅਡ 'ਚ ਬਣਾਇਆ ਗਿਆ, ਉਸ ਤੋਂ ਪਹਿਲੇ ਇਹਦਾ ਵਜੂਦ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਇਹਦੀ ਕੀ ਇਹਦਾ ਪਸੰਦ ਸੀ ਕਿ ਇੱਥੋਂ ਪੂਰੇ ਲਾਹੌਰ ਦਾ ਵਿਊ ਹੁੰਦਾ ਸੀ, ਦਰਿਆ ਰਾਵੀ ਦਾ ਹੁੰਦਾ ਸੀ ਔਰ ਸ਼ਾਹਦਰੇ ਤੱਕ ਪੂਰੀ ਨਜ਼ਰ ਜਾਂਦੀ ਸੀ, ਹਰ ਆਉਣ ਜਾਣ ਵਾਲੇ 'ਤੇ ਨਜ਼ਰ ਰੱਖੀ ਜਾਂਦੀ ਸੀ, ਕਿਉਂਕਿ ਕਿਸੇ ਹੋਰ ਉਸ ਚੀਜ਼ ਨੂੰ ਡਿਸਟਰਬ ਕੀਤੇ ਬਗੈਰ ਜਿਹੜਾ ਉਹ ਹੈ ਸਾਰਾ ਜਿਹੜਾ ਸੀ। ਲਿਹਾਜ਼ਾ ਇਹ ਚੈਂਬਰ ਸਾਰਾ ਜਿਹੜਾ ਮਹਾਰਾਜਾ ਕੋਰਟ ਰਣਜੀਤ ਸਿੰਘ ਜਿਹੜਾ ਸੀ ਉਹਦੇ ਯੂਜੇਜ ਵਿੱਚ ਰਿਹਾ ਔਰ ਸੈਲਰੀਜ਼ ਜਿਹੜੀਆਂ ਨੇ ਡਿਸਟ੍ਰੀਬਿਊਟ ਕੀਤੀਆਂ ਜਾਂਦੀਆਂ ਸਨ ਇੱਥੇ ਸਿੱਖ ਪੀਰੀਅਡ ਦੇ ਦੌਰਾਨ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ, ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ। ਕੋਰਟ ਆਫ ਮਹਾਰਾਜਾ ਰਣਜੀਤ ਸਿੰਘ।
ਬੁਰਜ ਆਫ ਲਾਹੌਰ ਬਿਲਟ ਬਾਏ ਮਹਾਰਾਜਾ ਰਣਜੀਤ ਸਿੰਘ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਦੇਖਦੇ ਰਹੋ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ, ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ।